ਗੁਰਦਾਸ ਜੀ ਨੂੰ ਮੈਂ ਬਹੁਤ ਦੇਰ ਤੋਂ ਜਾਣਦਾ, ਮੈਂ ਕਦੇ ਸੋਚ ਨਹੀਂ ਸੀ ਸਕਦਾ ਸਟੇਜ 'ਤੇ ਇੰਨੀ ਬੇਹੁਦਾ ਅਤੇ ਘਟੀਆ ਗੱਲ ਕਰ ਜਾਣਗੇ। ਮਤਲਬ ਆਹ ਚੀਜ਼ ਕਿਸੇ ਨੂੰ ਕਹਿ ਦੇਣੀ ਸਟੇਜ 'ਤੇ ਕਿ ਭਾਈ ਮਰੋੜ ਕੇ ਬੱਤੀ ਜੀ, ਮੇਰੇ ਤੋਂ ਕਿਹਾ ਨਹੀਂ ਜਾਂਦਾ ਗਿਆ। ਜੇ ਗਲਤੀ ਹੋਈ ਹੈ ਤਾਂ ਅੱਜ ਸਾਰੀ ਦੁਨੀਆ ਖਿਲਾਫ਼ ਹੈ, ਕੀ ਜਾਂਦਾ ਮਾਫ਼ੀ ਮੰਗਣ 'ਚ। ਮੈਂ ਅਜੇ ਵੀ ਇਹ ਸਮਝਦਾ ਕਿਤੇ ਨਾ ਉਹਨਾਂ ਦੀ ਮੈਂ ਜਾ ਕੇ, ਜੇ ਕਿਤੇ ਖੁਦਾ ਨਾ ਖਾਸਤਾ ਮੇਰੇ ਸਾਹਮਣੇ ਬਹਿ ਜਾਣ ਨਾ, ਮੈਂ ਚੀਥੜੇ ਉਡਾ ਦਿਆਂ। ਤੁਹਾਨੂੰ ਪਤਾ ਹੈ ਸਾਈਂ ਜੀ ਕੋ ਕਰਨ ਕੀ ਜਾਂਦੇ ਸਰ? ਤੁਸੀਂ ਕਦੇ ਕੁਝ ਸੋਚਿਆ ਕੀ ਕਰਨ ਜਾਂਦੇ? ਇਹ ਜਿਹੜੇ ਬੋਰੀਆਂ 'ਚ ਨੋਟ ਡਿੱਗਦੇ ਹਨ ਅਤੇ ਨੋਟਾਂ ਉੱਤੇ ਛਮ 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 ਨੱਚਦੇ ਨੇ, ਹੈਂ, ਫਿਰ ਚੱਕ ਕੇ ਜੇਬ 'ਚ ਪਾ ਲੈਂਦੇ, ਇਹ ਸਾਈਂ ਜੀ ਕੋਲ ਸਿਰਫ ਮੱਥਾ ਟੇਕਣ ਪੈਸੇ ਲਈ ਜਾਂਦੇ ਨੇ। ਤਾਂ ਤੁਸੀਂ ਸਾਡੇ ਰਿਵਾਜ਼ ਹੀ ਫੜ ਲਿਆ ਵੀ ਸੂਟੇ ਲਾਉਣ ਨਾਲ ਤੁਹਾਨੂੰ ਰੱਬ ਮਿਲ ਜੂਗਾ। ਇਹ ਤਾਂ ਵੀ ਬੇਹੁਦਾ ਬੇਵਕੂਫ ਗੱਲਾਂ ਨੇ। ਪਰ ਜਿਹੜਾ ਵੀ ਜਾਂਦਾ ਉੱਥੇ ਮਾਇਆ ਕਰਕੇ ਜਾਂਦਾ ਭਾਅ ਜੀ, ਉੱਥੇ ਕੋਈ ਸਾਈਂ ਜੀ ਨਾਲ ਪਿਆਰ ਅਤੇ ਸਿੱਧਾ ਕਰਕੇ ਨਹੀਂ ਜਾਂਦਾ। ਇਹ ਧੱਕੇ ਦੇ ਨਾਲ ਔਰੰਗਜ਼ੇਬ ਲੋਕਾਂ ਨੂੰ ਜਾਂ ਹਿੰਦੂਆਂ ਨੂੰ ਧੱਕੇ ਨਾਲ ਮੁਸਲਮਾਨ ਬਣਾਉਂਦਾ ਤਾਂ ਉਹ ਜ਼ਾਲਮ ਹੈ, ਉਹ ਪਾਪੀ ਹੈ। ਅਤੇ ਅੱਜ ਜੇ ਅਮਿਤ ਸ਼ਾਹ ਹੁਣੀ ਉਹੀ ਗੱਲ ਕਰ ਰਹੇ ਨੇ, ਹਾਲਾਂਕਿ ਇਹਨਾਂ ਦੇ ਵੱਡ ਵਡੇਰੇ ਦੇ ਜ਼ੁਲਮ ਹੋਏ ਨੇ, ਇਹਨਾਂ ਨੂੰ ਤੁਸੀਂ ਕਿਵੇਂ ਮੰਨੋ? ਇਹ ਕਿਸ ਤਰ੍ਹਾਂ ਹੋ ਸਕਦਾ ਕਿ ਗੁਰੂਆਂ ਦੇ ਮੂੰਹ 'ਚੋਂ ਨਿਕਲੀ ਹੋਈ ਬੋਲੀ ਸ਼ਬਦ ਨੂੰ ਕੋਈ ਮਿਟਾ ਦੇਊਗਾ? ਕਿਸੇ ਦੀ ਜ਼ਰੂਰਤ ਹੈ? ਅੱਜ ਤੱਕ ਹੋਇਆ? ਹੋ ਸਕਦਾ? ਨਹੀਂ ਹੋ ਸਕਦਾ। ਨਾ ਪੰਜਾਬੀਅਤ ਕਦੇ ਮਿਟੀ ਹੈ, ਨਾ ਗੁਰਮੁਖੀ ਕਦੇ ਮਿਟੀ ਹੈ, ਅਤੇ ਨਾ ਇਹਨੂੰ ਦੁਨੀਆ ਦਾ ਕੋਈ ਬੰਦਾ ਮਿਟਾ ਸਕਦਾ। ਜੇ ਔਰੰਗਜ਼ੇਬ ਅਹਿਮਦ ਸ਼ਾਹ ਅਬਦਾਲੀ ਵਰਗੇ ਨਹੀਂ ਮਿਟਾ ਸਕੇ ਤਾਂ ਫਿਰ ਆਪਾਂ ਕਿੰਨਾ ਕਿੰਨਾ ਕਹਿੰਦੇ। ਮੈਂ ਇੱਥੇ ਹਿੰਦੂਆਂ ਵਾਸਤੇ ਨਹੀਂ ਆਇਆ, ਨਾ ਮੈਂ ਕਿਸੇ ਮਜ਼ਹਬ ਵਾਸਤੇ ਆਇਆ। ਮੈਂ ਤੈਨੂੰ ਇਹ ਦੱਸਣ ਆਇਆ, ਜਬਰ ਅਤੇ ਜ਼ੁਲਮ ਦੀ ਲੜਾਈ ਹਮੇਸ਼ਾ ਰੱਬ ਨੂੰ ਜ਼ੁਲਮ ਪਸੰਦ ਨਹੀਂ, ਅਕਾਲ ਪੁਰਖ ਨੂੰ ਜ਼ੁਲਮ ਪਸੰਦ ਨਹੀਂ। ਅੱਜ ਵੀ ਜੇ ਆਪਾਂ ਕੋਈ ਵੀ ਰਾਸ਼ਟਰਵਾਦ ਦੀ ਗੱਲ ਕਰਦਾ ਕਿ ਜੀ ਮੈਂ ਹਿੰਦੁਸਤਾਨ ਦੇ ਵਿੱਚ ਆਹ ਕਰ ਦੂੰਗਾ, ਜਾਂ ਮੈਂ ਛਿੱਤਰਾਂ ਨਾਲ ਕਰ ਦੂੰਗਾ, ਜਾਂ ਮੈਂ ਡਾਂਗ ਨਾਲ ਕਰ ਦੂੰਗਾ, ਜਾਂ ਡਰਾ ਕੇ ਕਰ ਦੂੰਗਾ, ਜਾਂ ਤਲਵਾਰ ਦੇ ਰੋ ਨਾ ਕਰ ਦੂੰਗਾ, ਫਿਰ ਗੱਲ ਉੱਥੇ ਖੜ ਜਾਣੀ ਆ ਕੇ ਜੋ ਔਰੰਗਜ਼ੇਬ ਵੇਲੇ ਸੀ। ਸੋ ਇੱਥੇ ਆ ਕੇ ਗੁਰੂਆਂ ਨੇ ਉਹ ਜਿਹੜੀ ਬੋਲੀ ਹੈ, ਅੱਜ ਤੁਸੀਂ ਪੰਜਾਬੀ ਦੇ ਵਿੱਚ ਕਿਸੇ ਨੂੰ ਸਮਝਾਓ ਨਾ ਤਾਂ ਲੱਗ ਪਤਾ ਹੀ ਜਾਂਦੇ ਅਗਲੇ ਨੂੰ ਕਿਹੜੇ ਪਾਪਿਕ ਦੀ ਹੈ, ਅਤੇ ਤਿੜਪੀ ਪਿੜਪੀ ਪਿੜਪੀ ਕਰੀ ਜਾਓ, ਕੋਈ ਪੁੱਛਦਾ ਨਹੀਂ ਤੁਹਾਨੂੰ। ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੇ ਜਾ, ਜੋ ਬੀਜੋਗੇ ਉਹ ਕੱਟੋਗੇ।